ਮੈਂ ਤੁਹਾਡਾ ਕਿੱਥੋਂ ਰਹਿਣ ਵਾਲੇ ਹਾਂ? ਮੈਂ ਭਾਅ ਜੀ ਪਿੰਡ ਤੇ ਡੇਰਾ ਸਹਿਜਾਨ ਤੇ ਰਹਿਣ ਵਾਲਾ ਆ। ਇੱਥੇ ਆਪਣੀ ਬਈ ਇਨਕਲੇਵ ਦੇ ਵਿੱਚ ਆਪਣੀ ਕੋਠੀ ਬਣ ਰਹੀ ਸੀਗੀ, ਜਿੱਥੇ ਆਪਣੇ ਤੇ ਮਿਸਤਰੀ ਸਾਰੇ ਕੰਮ ਕਰ ਰਹੇ ਸੀਗੇ। ਤੇ ਇੱਥੇ ਕੱਲ ਰਾਤ ਕੋਈ 11 ਵਜੇ ਤੋਂ ਬਾਅਦ ਚ ਤੇ ਇੱਥੇ ਚੋਰੀ ਹੋਈ ਆ, ਤੇ ਜਿੱਥੇ ਇੱਕ ਸਾਡਾ ਬਰਾਸ ਦੇ ਜਿਹੜੇ ਸਾਰੇ ਲੋਕ ਸੀਗੇ ਤੇ ਉਹ ਲੋਕ ਦਾ ਬੋਰੇ ਚੱਕ ਕੇ ਲੈ ਗਏ, ਜਿਨ੍ਹਾਂ ਦੀ ਔਸਤਨ ਕੀਮਤ ਕੋਈ 2 ਲੱਖ ਤੋਂ ਉੱਪਰ ਦੀ ਹੈ। ਇਸ ਤੋਂ ਬਿਨਾਂ ਆਪਣੇ ਏਸੀਆਂ ਦੇ ਪੈਪ ਸੀਗੇ ਤੇ ਜਿਹੜੇ ਕੱਟ ਕੇ ਲੈ ਕੇ ਗਏ ਆ, ਤੇ ਕੈਮਰੇ ਦੀਆਂ ਤਾਰਾਂ ਸਾਰੀਆਂ ਉਹਨਾਂ ਨੇ ਕੱਟੀਆਂ ਐ, ਬਾਹਰੋਂ ਸਪਲਾਈ ਪ੍ਰੋਪਰ ਕੱਟ ਕੀਤੀ ਆ। ਬਾਹਰ ਤੇ ਕੰਡਿਆਂ ਲਈ ਤਾਰ ਲੱਗੀ ਸੀਗੀ, ਤਾਰ ਨੂੰ ਕੱਟ ਕੇ ਅੰਦਰ ਐਂਟਰ ਹੋਏ ਆ, ਤੇ ਜਿੱਥੇ ਵੀ ਜਿਹੜਾ ਮੇਨ ਕੀਮਤੀ ਸਮਾਨ ਆ ਸਾਰਾ ਲੈ ਕੇ ਗਏ ਆ, ਨਾਲ 2 ਮੋਟਰਾਂ ਤੇ ਇੱਕ ਆਪਣੇ ਕੰਡਕਟਰ ਪੰਪ ਨੂੰ ਲੱਗੀ ਹੋਈ ਸੀਗੀ, ਇੱਕ ਉਹ ਖੋਲ ਕੇ ਲੈ ਕੇ ਗਏ ਆ, ਇੱਕ ਨਾਲ ਸਪੇਅਰ ਮੋਟਰ ਪਈ ਸੀ ਉਹ ਨਾਲ ਲੈ ਕੇ ਗਏ, ਇੱਕ ਨਾਲ ਇੱਥੇ ਆਪਣੇ ਤੇ ਲੱਕੜ ਵਾਲੇ ਮਿਸਤਰੀਆਂ ਦਾ ਇੱਕ ਕਟਰ ਪਿਆ ਸੀਗਾ, ਉਹ ਕਟਰ ਵੀ ਨਾਲ ਚੱਕ ਕੇ ਲੈ ਕੇ ਗਏ ਆ। ਕੋਠੀ ਦਾ ਕੰਮ ਚੱਲ ਰਿਹਾ? ਹਾਂਜੀ, ਕੋਠੀ ਦਾ ਕੰਮ ਚੱਲ ਰਿਹਾ। ਇਸ ਤੋਂ ਪਹਿਲਾਂ ਵੀ ਚੋਰੀਆਂ ਹੋਈਆਂ ਤੇ ਇਸ ਤੋਂ ਪਹਿਲਾਂ 4 ਚੋਰੀਆਂ ਹੋਈਆਂ ਤੇ ਜਿਹਦੀ ਅਸੀਂ ਕੰਪਲੇਂਟ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਕੀਤੀ ਸੀਗੀ, ਤੇ ਉਹਦੀ ਸਾਡੇ ਕੋਲ ਕਾਪੀ ਵੀ ਪਈ ਹੋਈ ਆ। ਕੋਈ ਕਾਰਵਾਈ ਹੋਈ ਹੁੰਦੀ ਜਾਂ ਨਹੀਂ? ਨਹੀਂ, ਆਪਣੇ ਕੋਈ ਵੀ ਕਾਰਵਾਈ ਨਹੀਂ ਹੋਈ, ਕਿਸੇ ਵੀ ਟਾਈਪ ਦੀ ਕੋਈ ਕਾਰਵਾਈ ਨਹੀਂ ਹੋਈ। ਹੁਣ ਜਿਹੜਾ ਜਿਹੜੀ ਕੱਲ ਰਾਤ ਚੋਰੀ ਹੋਈ ਆ, ਕਿੰਨਾ ਕੁ ਨੁਕਸਾਨ ਦਿੰਦੇ ਹੋ? ਇਹ ਦੇਖੋ, ਕੋਈ ਨੁਕਸਾਨ ਕੋਈ ਤਕਰੀਬਨ 5 ਲੱਖ ਤੋਂ ਉੱਪਰ ਦਾ ਨੁਕਸਾਨ ਹੋਇਆ ਆ। ਇਸ ਬਾਬਤ ਸ਼ਿਕਾਇਤ ਦੇ ਦਿੱਤੀ ਤੁਸੀਂ ਪੁਲਿਸ ਨੂੰ? ਨਹੀਂ, ਹਾਂ ਤੇ ਹਲੇ ਅਸੀਂ ਆਪਣੇ ਪੁਲਿਸ ਸਟੇਸ਼ਨ ਜਾਣਾ ਆ ਸ਼ਿਕਾਇਤ ਲੈ ਕੇ। ਪਹਿਲਾਂ ਅਸੀਂ ਮੌਕਾ ਸਾਰਾ ਚੈੱਕ ਕਰਵਾਇਆ, ਅਸੀਂ ਆਪ ਵੀ ਸਾਰਾ ਖੁਦ ਚੈੱਕ ਕੀਤਾ ਹੈ ਕਿੱਥੇ ਕਿੱਥੇ ਕੀ ਚੋਰੀ ਹੋਈ ਆ ਤੇ ਕਿੰਨਾ ਸਾਡਾ ਨੁਕਸਾਨ ਹੋਇਆ। ਮੈਂ ਤੁਹਾਡਾ ਕਿੱਥੋਂ ਰਹਿਣ ਵਾਲੇ? ਮੈਂ ਭਾਅ ਜੀ ਪਿੰਡ ਤੇ ਡੇਰਾ ਸਹਿਜਾਨ ਤੇ ਰਹਿਣ ਵਾਲਾ ਆ। ਇੱਥੇ ਆਪਣੀ ਬਈ ਇਨਕਲੇਵ ਦੇ ਵਿੱਚ ਆਪਣੀ ਕੋਠੀ ਬਣ ਰਹੀ ਸੀਗੀ, ਜਿੱਥੇ ਆਪਣੇ ਤੇ ਮਿਸਤਰੀ ਸਾਰੇ ਕੰਮ ਕਰ ਰਹੇ ਸੀਗੇ। ਤੇ ਇੱਥੇ ਕੱਲ ਰਾਤ ਕੋਈ 11 ਵਜੇ ਤੋਂ ਬਾਅਦ ਚ ਤੇ ਇੱਥੇ ਚੋਰੀ ਹੋਈ ਆ, ਤੇ ਜਿੱਥੇ ਇੱਕ ਸਾਡਾ ਬਰਾਸ ਦੇ ਜਿਹੜੇ ਸਾਰੇ ਲੋਕ ਸੀਗੇ ਤੇ ਉਹ ਲੋਕ ਦਾ ਬੋਰੇ ਚੱਕ ਕੇ ਲੈ ਗਏ, ਜਿਨ੍ਹਾਂ ਦੀ ਔਸਤਨ ਕੀਮਤ ਕੋਈ 2 ਲੱਖ ਤੋਂ ਉੱਪਰ ਦੀ ਹੈ। ਇਸ ਤੋਂ ਬਿਨਾਂ ਆਪਣੇ ਏਸੀਆਂ ਦੇ ਪੈਪ ਸੀਗੇ ਤੇ ਜਿਹੜੇ ਕੱਟ ਕੇ ਲੈ ਕੇ ਗਏ ਆ, ਤੇ ਕੈਮਰੇ ਦੀਆਂ ਤਾਰਾਂ ਸਾਰੀਆਂ ਉਹਨਾਂ ਨੇ ਕੱਟੀਆਂ, ਬਾਹਰੋਂ ਸਪਲਾਈ ਪ੍ਰੋਪਰ ਕੱਟ ਕੀਤੀ ਆ। ਬਾਹਰ ਤੇ ਕੰਡਿਆਂ ਲਈ ਤਾਰ ਲੱਗੀ ਸੀਗੀ, ਤਾਰ ਨੂੰ ਕੱਟ ਕੇ ਅੰਦਰ ਐਂਟਰ ਹੋਏ ਆ, ਤੇ ਜਿੱਥੇ ਵੀ ਜਿਹੜਾ ਮੇਨ ਕੀਮਤੀ ਸਮਾਨ ਆ ਸਾਰਾ ਲੈ ਕੇ ਗਏ ਆ, ਨਾਲ 2 ਮੋਟਰਾਂ ਤੇ ਇੱਕ ਆਪਣੇ ਕੰਡਕਟਰ ਪੰਪ ਨੂੰ ਲੱਗੀ ਹੋਈ ਸੀਗੀ, ਇੱਕ ਉਹ ਖੋਲ ਕੇ ਲੈ ਕੇ ਗਏ ਆ, ਇੱਕ ਨਾਲ ਸਪੇਅਰ ਮੋਟਰ ਪਈ ਸੀ ਉਹ ਨਾਲ ਲੈ ਕੇ ਗਏ, ਇੱਕ ਨਾਲ ਇੱਥੇ ਆਪਣੇ ਤੇ ਲੱਕੜ ਵਾਲੇ ਮਿਸਤਰੀਆਂ ਦਾ ਇੱਕ ਕਟਰ ਪਿਆ ਸੀਗਾ, ਉਹ ਕਟਰ ਵੀ ਨਾਲ ਚੱਕ ਕੇ ਲੈ ਕੇ ਗਏ ਆ। ਕੋਠੀ ਦਾ ਕੰਮ ਚੱਲ ਰਿਹਾ? ਹਾਂਜੀ, ਕੋਠੀ ਦਾ ਕੰਮ ਚੱਲ ਰਿਹਾ। ਇਸ ਤੋਂ ਪਹਿਲਾਂ ਵੀ ਚੋਰੀਆਂ ਹੋਈਆਂ ਤੇ ਇਸ ਤੋਂ ਪਹਿਲਾਂ 4 ਚੋਰੀਆਂ ਹੋਈਆਂ ਤੇ ਜਿਹਦੀ ਅਸੀਂ ਕੰਪਲੇਂਟ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਕੀਤੀ ਸੀਗੀ, ਤੇ ਉਹਦੀ ਸਾਡੇ ਕੋਲ ਕਾਪੀ ਵੀ ਪਈ ਹੋਈ ਆ। ਕੋਈ ਕਾਰਵਾਈ ਹੋਈ ਹੁੰਦੀ ਜਾਂ ਨਹੀਂ? ਨਹੀਂ, ਆਪਣੇ ਕੋਈ ਵੀ ਕਾਰਵਾਈ ਨਹੀਂ ਹੋਈ, ਕਿਸੇ ਵੀ ਟਾਈਪ ਦੀ ਕੋਈ ਕਾਰਵਾਈ ਨਹੀਂ ਹੋਈ। ਹੁਣ ਜਿਹੜਾ ਜਿਹੜੀ ਕੱਲ ਰਾਤ ਚੋਰੀ ਹੋਈ ਆ, ਕਿੰਨਾ ਕੁ ਨੁਕਸਾਨ ਦਿੰਦੇ ਹੋ? ਇਹ ਦੇਖੋ, ਕੋਈ ਨੁਕਸਾਨ ਕੋਈ ਤਕਰੀਬਨ 5 ਲੱਖ ਤੋਂ ਉੱਪਰ ਦਾ ਨੁਕਸਾਨ ਹੋਇਆ ਆ। ਇਸ ਬਾਬਤ ਸ਼ਿਕਾਇਤ ਦੇ ਦਿੱਤੀ ਤੁਸੀਂ ਪੁਲਿਸ ਨੂੰ? ਨਹੀਂ, ਹਾਂ ਤੇ ਹਲੇ ਅਸੀਂ ਆਪਣੇ ਪੁਲਿਸ ਸਟੇਸ਼ਨ ਜਾਣਾ ਆ ਸ਼ਿਕਾਇਤ ਲੈ ਕੇ। ਪਹਿਲਾਂ ਅਸੀਂ ਮੌਕਾ ਸਾਰਾ ਚੈੱਕ ਕਰਵਾਇਆ, ਅਸੀਂ ਆਪ ਵੀ ਸਾਰਾ ਖੁਦ ਚੈੱਕ ਕੀਤਾ ਹੈ ਕਿੱਥੇ ਕਿੱਥੇ ਕੀ ਚੋਰੀ ਹੋਈ ਆ ਤੇ ਕਿੰਨਾ ਸਾਡਾ ਨੁਕਸਾਨ ਹੋਇਆ। ਮੈਂ ਤੁਹਾਡਾ ਕਿੱਥੋਂ ਰਹਿਣ ਵਾਲੇ? ਮੈਂ ਭਾਅ ਜੀ ਪਿੰਡ ਤੇ ਡੇਰਾ ਸਹਿਜਾਨ ਤੇ ਰਹਿਣ ਵਾਲਾ ਆ। ਇੱਥੇ ਆਪਣੀ ਬਈ ਇਨਕਲੇਵ ਦੇ ਵਿੱਚ ਆਪਣੀ ਕੋਠੀ ਬਣ ਰਹੀ ਸੀਗੀ, ਜਿੱਥੇ ਆਪਣੇ ਤੇ ਮਿਸਤਰੀ ਸਾਰੇ ਕੰਮ ਕਰ ਰਹੇ ਸੀਗੇ, ਤੇ ਇੱਥੇ ਕੱਲ ਰਾਤ ਕੋਈ 11 ਵਜੇ ਤੋਂ ਬਾਅਦ ਚ ਤੇ ਇੱਥੇ ਚੋਰੀ ਹੋਈ ਆ, ਤੇ ਜਿੱਥੇ ਇੱਕ ਸਾਡਾ ਬਰਾਸ ਦੇ ਜਿਹੜੇ ਸਾਰੇ ਲੋਕ ਸੀਗੇ ਤੇ ਉਹ ਲੋਕ ਦਾ ਬੋਰੇ ਚੱਕ ਕੇ ਲੈ ਗਏ, ਜਿਨ੍ਹਾਂ ਦੀ ਔਸਤਨ ਕੀਮਤ ਕੋਈ 2 ਲੱਖ ਤੋਂ ਉੱਪਰ ਦੀ ਹੈ। ਇਸ ਤੋਂ ਬਿਨਾਂ ਆਪਣੇ ਏਸੀਆਂ ਦੇ ਪੈਪ ਸੀਗੇ ਤੇ ਜਿਹੜੇ ਕੱਟ ਕੇ ਲੈ ਕੇ ਗਏ ਆ, ਤੇ ਕੈਮਰੇ ਦੀਆਂ ਤਾਰਾਂ ਸਾਰੀਆਂ ਉਹਨਾਂ ਨੇ ਕੱਟੀਆਂ, ਬਾਹਰੋਂ ਸਪਲਾਈ ਪ੍ਰੋਪਰ ਕੱਟ ਕੀਤੀ ਆ। ਬਾਹਰ ਤੇ ਕੰਡਿਆਂ ਲਈ ਤਾਰ ਲੱਗੀ ਸੀਗੀ, ਤਾਰ ਨੂੰ ਕੱਟ ਕੇ ਅੰਦਰ ਐਂਟਰ ਹੋਏ ਆ, ਤੇ ਜਿੱਥੇ ਵੀ ਜਿਹੜਾ ਮੇਨ ਕੀਮਤੀ ਸਮਾਨ ਆ ਸਾਰਾ ਲੈ ਕੇ ਗਏ ਆ, ਨਾਲ 2 ਮੋਟਰਾਂ ਤੇ ਇੱਕ ਆਪਣੇ ਕੰਡਕਟਰ ਪੰਪ ਨੂੰ ਲੱਗੀ ਹੋਈ ਸੀਗੀ, ਇੱਕ ਉਹ ਖੋਲ ਕੇ ਲੈ ਕੇ ਗਏ ਆ, ਇੱਕ ਨਾਲ ਸਪੇਅਰ ਮੋਟਰ ਪਈ ਸੀ ਉਹ ਨਾਲ ਲੈ ਕੇ ਗਏ, ਇੱਕ ਨਾਲ ਇੱਥੇ ਆਪਣੇ ਤੇ ਲੱਕੜ ਵਾਲੇ ਮਿਸਤਰੀਆਂ ਦਾ ਇੱਕ ਕਟਰ ਪਿਆ ਸੀਗਾ, ਉਹ ਕਟਰ ਵੀ ਨਾਲ ਚੱਕ ਕੇ ਲੈ ਕੇ ਗਏ ਆ। ਕੋਠੀ ਦਾ ਕੰਮ ਚੱਲ ਰਿਹਾ? ਹਾਂਜੀ, ਕੋਠੀ ਦਾ ਕੰਮ ਚੱਲ ਰਿਹਾ। ਇਸ ਤੋਂ ਪਹਿਲਾਂ ਵੀ ਚੋਰੀਆਂ ਹੋਈਆਂ ਤੇ ਇਸ ਤੋਂ ਪਹਿਲਾਂ 4 ਚੋਰੀਆਂ ਹੋਈਆਂ ਤੇ ਜਿਹਦੀ ਅਸੀਂ ਕੰਪਲੇਂਟ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਕੀਤੀ ਸੀਗੀ, ਤੇ ਉਹਦੀ ਸਾਡੇ ਕੋਲ ਕਾਪੀ ਵੀ ਪਈ ਹੋਈ ਆ।
ਕੋਈ ਕਾਰਵਾਈ ਹੋਈ ਹੁੰਦੀ ਜਾਂ ਨਹੀਂ? ਨਹੀਂ, ਆਪਣੇ ਕੋਈ ਵੀ ਕਾਰਵਾਈ ਨਹੀਂ ਹੋਈ, ਕਿਸੇ ਵੀ ਟਾਈਪ ਦੀ ਕੋਈ ਕਾਰਵਾਈ ਨਹੀਂ ਹੋਈ। ਹੁਣ ਜਿਹੜਾ ਜਿਹੜੀ ਕੱਲ ਰਾਤ ਚੋਰੀ ਹੋਈ ਆ, ਕਿੰਨਾ ਕੁ ਨੁਕਸਾਨ ਦਿੰਦੇ ਹੋ? ਇਹ ਦੇਖੋ, ਕੋਈ ਨੁਕਸਾਨ ਕੋਈ ਤਕਰੀਬਨ 5 ਲੱਖ ਤੋਂ ਉੱਪਰ ਦਾ ਨੁਕਸਾਨ ਹੋਇਆ ਆ। ਇਸ ਬਾਬਤ ਸ਼ਿਕਾਇਤ ਦੇ ਦਿੱਤੀ ਤੁਸੀਂ ਪੁਲਿਸ? ਨਹੀਂ, ਹਫ਼ਤੇ ਹਲੇ ਅਸੀਂ ਆਪਣੇ ਪੁਲਿਸ ਸਟੇਸ਼ਨ ਜਾਣਾ ਆ, ਸ਼ਿਕਾਇਤ ਲੈ ਕੇ ਪਹਿਲਾਂ ਅਸੀਂ ਮੌਕਾ ਸਾਰਾ ਚੈੱਕ ਕਰਵਾਇਆ, ਅਸੀਂ ਆਪ ਵੀ ਸਾਰਾ ਖੁਦ ਚੈੱਕ ਕੀਤਾ ਹੈ ਕਿੱਥੇ ਕਿੱਥੇ ਕੀ ਚੋਰੀ ਹੋਈ ਆ ਤੇ ਕਿੰਨਾ ਸਾਡਾ ਨੁਕਸਾਨ ਹੋਇਆ।